केंद्र सरकार वालों खेती संबंधी पास किए गए तिने कानूनों लैके पंजाब के किसानों का दिल्ली रोह भखदा ही जा रहा है। भावें कि इन कानूनों का सियासी लाहा लैण तो कोई भी सियासी पार्टी पिछे नज़र नहीं आ रही, पर हुण यह महसूस होण लग पिया जिवें किसानों का मोह सारिया ही सियासी पार्टियां कोलों भंग हो गया होवे। इसे गल नूं अज धूरी के किसानों ने सच कर विखाया। जद कांग्रेस के मैंबर पार्लीमेंट मोहम्मद सदीक नूं वेख के किसानों ने उन्हां दी गड्डी घेर के उन्हां कोलों सवाल करने शुरू कर दिते। इस मौके किसानों ने नारेबाजी भी की। इस बारे सोशल मीडिया से एक वीडियो भी वायरल हुई है जिस किसान मोहम्मद सदीक कोलों उन्हां वल्लों दिल्ली च किसानों के हक च ना बोलण बारे पुछ रहे ने। ਤੁਸੀਂ ਵੀ ਦੇਖੋ ਇਹ ਵਾਇਰਲ ਵੀਡੀਓ। ਤੁਸੀਂ ਨੇ ਘੱਟੋ ਘੱਟ 50 ਸਾਲ ਲੋਕਾਂ ਦੀ ਸੇਵਾ ਕੀਤੀ, ਤੁਸੀਂ ਸਤਿਕਾਰਯੋਗ ਅੱਜ ਤੁਹਾਨੂੰ ਉਰੇ ਕਿਉਂ ਖੜਨਾ ਪੈ ਰਿਹਾ? ਇਹੀ ਕਾਰਨ ਹੈ ਕਿਉਂਕਿ ਤੁਸੀਂ ਐਮਪੀ ਬਣੇ। ਤਾਂ ਸੈਸ਼ਨ ਬਣਾਇਆ, ਦੇਖੋ ਕਾਨੂੰਨ ਕੀ ਹੁੰਦਾ, ਕਿਵੇਂ ਪਾਣੀ ਦਾ ਮਸਲਾ ਹੱਲ ਹੋਇਆ ਸੀਗਾ, ਇਹ ਕਾਫੀ ਪਾਣੀਆਂ ਦਾ ਵੀ ਡਿਲੇ ਹੋਇਆ ਸੀ ਜੀ, ਆਹੀ ਕੁਝ ਹੁਣ ਹੋਣਾ। ਡਿਲੇ ਦਾ ਬਿਲਕੁਲ ਨਹੀਂ ਸੀ ਹੋਇਆ, ਇਹੀ ਨਹੀਂ ਪਾਸ ਹੋ ਗਿਆ ਸੀਗਾ। ਇਹ ਤਾਂ ਜਦੋਂ ਦੁਬਾਰਾ ਬਾਦਲ ਸਰਕਾਰ ਆਈ ਹੈ ਨਾ, ਤੁਸੀਂ ਨਾ ਫਿਰ ਉਧਰਲੇ ਪਾਸੇ ਨਾ ਜਾਓ, ਫਿਰ ਉੱਥੇ ਚਾਂਦੀ ਦੀ ਕਹੀ ਕੀ ਨੇ ਤੁਸੀਂ? ਇਹੋ ਜਿਹੀਆਂ ਗੱਲਾਂ ਪਤਾ ਨੂੰ ਛੇੜਨੀਆਂ ਨੇ ਵੀ ਪਾਣੀਆਂ ਦਾ ਰਾਖਾ ਹੋਣਾ ਜਾਂ ਨਾ ਹੋਣਾ, ਹੈ ਨਾ? ਅਸੀਂ ਤਾਂ ਤੁਹਾਨੂੰ ਇੱਕੋ ਹੀ ਬੇਨਤੀ ਕਰ ਰਹੇ ਹਾਂ ਜਿਹੜੇ ਵੱਲੋਂ ਵੀ ਜਿਹੜਾ ਤੁਹਾਨੂੰ ਅਸੀਂ ਨੇ ਵੋਟਾਂ ਪਾਈਆਂ ਨੇ, ਕੀ ਅਸੀਂ ਗੁਨਾਹ ਕਰਿਆ? ਕੋਈ ਨਹੀਂ ਨਾ ਗੁਨਾਹ ਕਰਿਆ, ਫਿਰ ਸਾਡੀ ਆਵਾਜ਼ ਕੌਣ ਉਠਾਊਗਾ? ਅਸੀਂ ਤਾਂ ਮੇਰਾ ਤੁਸੀਂ ਯੂਟਿਊਬ ਕੱਢ ਕੇ ਦੇਖ ਲਵੋ, ਮੇਰਾ ਤੁਸੀਂ ਫੇਸਬੁੱਕ ਕੱਢ ਕੇ ਦੇਖ ਲਵੋ, ਮੈਂ ਕਿੰਨੀ ਵਾਰੀ ਬੋਲਿਆ ਔਰ ਕਿਹਦੇ ਦੇ ਹੱਥ? ਤੁਸੀਂ ਨਾ ਇੱਕ ਬਹੁਤ ਵਧੀਆ ਗੱਲ ਕਰੀ, ਇੱਕ ਮਿੰਟ, ਤੁਸੀਂ ਬਹੁਤ ਵਧੀਆ ਗੱਲ ਕਰੀ ਇੱਕ ਵੀ ਜਦੋਂ ਉੱਚੀ ਅੱਡੀ ਦੇ ਮੈਂ ਹੁਣ ਸੈਂਡਲ ਪਾ ਲਏ, ਹੁਣ ਮਿੱਤਰੋ ਤੁਸੀਂ ਮੈਨੂੰ ਨੱਚਣ ਨੂੰ ਕਹਿੰਦੇ, ਹੁਣ ਤੁਹਾਨੂੰ ਕਹਿੰਦੇ ਨੇ ਇਹਨਾਂ ਦਾ ਮਨ ਪਰਚਾਉਣ ਬਾਅਦ ਤੁਸੀਂ ਕੋਈ ਗੀਤ ਲਾ ਦਿਓ, ਇਹ ਤੁਸੀਂ ਵਧੀਆ ਗੱਲ ਕੀਤੀ, ਪਰ ਸਾਨੂੰ ਹੁਣ ਤੁਸੀਂ ਸਾਨੂੰ ਅਸੀਂ ਤੁਹਾਨੂੰ ਚੁਣਿਆ, ਅਸੀਂ ਤੁਹਾਨੂੰ ਤਾਂ ਬੇਨਤੀ ਕਰ ਰਹੇ, ਅਸੀਂ ਤੁਹਾਨੂੰ ਚੁਣਿਆ, ਸਾਡਾ ਕਸੂਰ ਡਿਪਟੀ ਸਾਹਿਬ ਇਹ ਹੈ ਅਸੀਂ ਜੋ ਕੁਝ ਕਹਿ ਸਕਦੇ ਸੀਗੇ ਸਟੇਜ ਤੇ ਉਹ ਕਿਹਾ। ਕੀ ਰਾਹੁਲ ਗਾਂਧੀ ਦਾ ਪੰਜਾਬ 'ਚ ਆਉਣਾ ਸਹੀ ਸੀਗਾ? ਤੁਸੀਂ ਦੇਖੋ ਦੇਖੋ ਉਹ ਹਾਈ ਕਮਾਂਡ ਨੇ ਉਹ ਕੀ ਪ੍ਰੋਗਰਾਮ ਬਣਾਉਂਦੇ ਨੇ, ਉਹਨਾਂ ਨੇ ਕਿੱਥੇ ਕਿੱਥੇ ਜਾਣਾ, ਕਿੱਥੇ ਕਿੱਥੇ ਨਹੀਂ ਜਾਣਾ, ਤੁਹਾਨੂੰ ਵੀ ਹੋਣਗੇ ਨਾ? ਇੱਕ ਮਿੰਟ ਪਾ ਲਓ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਾਨੂੰ ਸਿਰਫ ਇਹੀ ਆਰਡਰ ਹੁੰਦਾ ਕਿ ਮੈਂ ਆ ਰਿਹਾ ਭਾਈ ਕਮਾਂਡ ਨੇ ਕਹਿ ਨਹੀਂ ਹੈਗਾ ਵੀ ਤੁਸੀਂ ਉੱਥੇ ਰਹੋ ਦਿੱਲੀ। ਐਮਪੀ ਸਾਹਿਬ ਤੁਸੀਂ ਮੇਰੀ ਗੱਲ, ਤੁਸੀਂ ਚਾਰ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਵਿੱਚ ਸਾਨੂੰ ਪੰਜਾਬ ਨੂੰ ਪ੍ਰੋਫਿਟ ਹੋ ਸਕੇ, ਕੀ ਕਰਿਆ ਤੁਸੀਂ ਨੇ? ਰੇਤ ਮਾਈਨੇਗਾ ਉਹ ਪ੍ਰਾਈਵੇਟ ਹੈ, ਟਰਾਂਸਪੋਰਟ ਹੈ ਉਹ ਪ੍ਰਾਈਵੇਟ ਹੈ, ਬਜਰੀ ਹੈ ਉਹ ਪ੍ਰਾਈਵੇਟ ਹੈ, ਮਗਰ ਕੀ ਰਹੇਗਾ ਜਿੱਥੋਂ ਪੰਜਾਬ ਨੂੰ ਆਮਦਨ ਹੋਵੇ? ਸ਼ਰਾਬ ਦੇ ਠੇਕੇ ਨੇ ਉਹ ਪ੍ਰਾਈਵੇਟ ਹੈ, 150 ਕਰੋੜ ਰੁਪਈਆ 150 ਕਰੋੜ ਰੁਪਈਆ ਇਹ ਚਾਰੇ ਚੀਜ਼ਾਂ ਤੋਂ ਵਸੂਲ ਸਕਦੇ ਹੋ ਤੁਸੀਂ? ਤੁਸੀਂ ਸਾਨੂੰ ਕਿਉਂ ਮਾਰ ਕਿਉਂ ਰਹੇ? ਇੱਕ ਮਿੰਟ, ਸਾਡਾ ਕਸੂਰ ਇੱਕ ਮਿੰਟ ਮੇਰੀ ਗੱਲ ਸੁਣੋ, ਕਹਿੰਦੇ ਨੇ ਬਈ ਜਬੇ ਬਣਨ ਲੱਗ ਗਿਆ ਤਵੇ ਰੋਜ਼ ਜਾ ਕੇ ਉਹ ਪੁਜੀਸ਼ਨ ਇਹ ਹੈ। ਹੁਣ ਜੇ ਉਹ ਇੱਥੇ ਬੈਠੇ ਆ, ਜਦੋਂ ਠੇਕੇ ਨਿਲਾਮ ਹੁੰਦੇ ਨੇ, ਜਦੋਂ ਰੇਤ ਕੱਢੀ ਜਾਂਦੀ ਹੈ, ਉਦੋਂ ਇਹ ਇਕੱਠ ਕਿਉਂ ਨਹੀਂ ਹੁੰਦੇ? ਇਹ ਸਰਕਾਰਾਂ ਦਾ ਕੰਮ ਨਹੀਂ? ਨਹੀਂ, ਅਸੀਂ ਤੁਹਾਨੂੰ ਚੁਣ ਕੇ, ਅਸੀਂ ਤੁਹਾਨੂੰ ਇਹ ਸਰਕਾਰਾਂ ਦਾ ਕੰਮ। ਸੁਣੋ ਬਾਈ, ਇੱਕ ਮਿੰਟ, ਮੈਂ ਕੱਲੀ ਗੱਲ ਦਾ ਜਵਾਬ, ਹੁਣ ਵੀ ਤਾਂ ਅਸੀਂ ਸਰਕਾਰ ਨੂੰ ਦੋਸ਼ ਦੇ ਰਹੇ ਆ, ਹੁਣ ਵੀ ਤਾਂ ਸਰਕਾਰ ਨੂੰ ਦੋਸ਼ ਦਿੰਦੇ ਆ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਸੀ। ਦੂਜੀ ਗੱਲ, ਤੁਸੀਂ ਹੈਰਾਨ ਤਾਂ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।